रामा मंडी दे गीता पवन विखे हेल्पलाइन वेलफेयर सोसाइटी के वलों हड्डियां ते जोड़ां दा मुफ्त चेकअप कैंप लगाया गया। इस कैंप दे विच डॉक्टर मनीष गुप्ता MS दी टीम ने 100 दे करीब मरीजां लई मुफ्त चेकअप कीता अते हेल्पलाइन दे वलों जरूरतमंद मरीजां नूं मुफ्त दवाइयां दित्तियां गईयां ने। इस मौके डॉक्टर विवेक बंसल दा विशेष सहयोग दित्ता गया। इस मौके काउंसलर प्रवीण कुमार पक्का ने हेल्पलाइन दे समाज सेवी कमां दी शलाघा करदिआं कहा कि इस तरह कैंप लगाउण दे नाल जरूरतमंद मरीजां नूं बहुत वड्डा फायदा मिलदा है। डॉक्टर मनीष गुप्ता ने दस्सिया कि इस कैंप दे विच ज्यादा मरीज इस तरह दे आए ने जिन्हां नूं गोड्यां दे दर्द दी बहुत दिक्कत सी अते रीढ़ दे हड्डी दे दर्द दी दिक्कत सी। कदे भी इन्ना लेट ना दिखाओ, प्रॉपर टाइम ते इलाज करवाउणा चाहीदा है। अज दे समें दे विच खाण पीण दीआं चीज़ां अते फसलां दे विच यूरिया ते पेस्टिसाइड दवाइयां दी ज्यादा वरतों होण दे कारण हड्डियां दे जोड़ां दे दर्द दी मुख वजह है। अंत दे विच सोसाइटी दे वल्लों डॉक्टर नूं टीम विशेष चिन्ह दे के सन्मानित कीता गया। ਗੋਡੇ ਦੇ ਦਰਦ ਵਾਲੇ ਪੇਸ਼ੈਂਟ ਅਤੇ ਜਿਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੇ ਵਿੱਚ ਤਕਲੀਫ ਹੈ, ਇੱਦਾਂ ਦੇ ਪੇਸ਼ੈਂਟ ਅੱਜ ਦੇਖੇ ਜਾ ਰਹੇ ਹਨ ਜ਼ਿਆਦਾ। ਗੋਡੇ ਦੀ ਤਕਲੀਫ ਅਲੱਗ ਅਲੱਗ ਉਮਰ ਦੇ ਵਿੱਚ ਹੈ, ਕਿਸੇ ਨੂੰ ਕੋਈ 40 ਸਾਲ 'ਚ ਵੀ ਹੈਗੀ ਹੈ ਅਤੇ ਕਿਸੇ ਨੂੰ 70 ਸਾਲ 'ਚ ਵੀ ਹੈਗੀ ਹੈ। ਅਤੇ ਅਲੱਗ ਅਲੱਗ ਕਿਸੇ ਨੂੰ ਜ਼ਿਆਦਾ ਤਕਲੀਫ ਹੈ, ਕਿਸੇ ਨੂੰ ਘੱਟ ਹੈ, ਕੋਈ ਪੇਟਾਂ ਦੁੱਖ ਰਿਹਾ, ਕੋਈ ਠੀਕ ਦੁੱਖ ਰਿਹਾ, ਅਲੱਗ ਅਲੱਗ ਗੋਡੇ ਦੀ ਤਕਲੀਫ ਜ਼ਿਆਦਾ ਆ। ਜਿਹਨਾਂ ਦੀ ਤਕਲੀਫ ਘੱਟ ਹੈ ਉਹਨਾਂ ਦਾ ਹੱਲ ਦਵਾਈ ਨਾਲ ਅਤੇ ਵਰਜਿਸ਼ ਨਾਲ ਹੈ, ਜਿਹਨਾਂ ਦੀ ਦਿੱਕਤ ਜ਼ਿਆਦਾ ਹੈ ਉਹਨੂੰ ਓਪਰੇਸ਼ਨ ਦੀ ਲੋੜ ਪਈ। ਇਹ ਹੋਸਪਿਟਲ ਆਪਣਾ ਬੀਬੀ ਵਾਲਾ ਰੋਡ 'ਤੇ MG ਹੋਸਪਿਟਲ ਹੈ, ਹੋਟਲ ਕ੍ਰਿਸ਼ਨਾ ਕੋਂਟੀਨੈਂਟਲ ਦੇ ਨੇੜੇ। ਹਾਂ, ਜਿਹੜੇ ਆਯੁਸ਼ਮਾਨ ਦਾ ਕਾਰਡ ਸਾਡੇ ਕੋਲ ਚੱਲਦਾ ਹੈ, ਉੱਥੇ ਜਿਹੜੇ ਵੀ ਲੋੜਵੰਦ ਲੋਕ ਹੈ ਜਿਹਨਾਂ ਕੋਲ ਆਯੁਸ਼ਮਾਨ ਕਾਰਡ ਹੈ ਅਤੇ ਉਹਨੂੰ ਓਪਰੇਸ਼ਨ ਦੀ ਲੋੜ ਹੈ, ਉਹਨੂੰ ਟੋਟਲੀ ਫ੍ਰੀ ਆਫ ਕੋਸਟ ਉੱਥੇ ਓਪਰੇਸ਼ਨ ਕੀਤਾ ਜਾਂਦਾ ਹੈ। ਹਾਂ, ਉਹਨਾਂ ਨੂੰ ਸਾਡੇ ਕੋਲ 40-50% ਡਿਸਕਾਊਂਟ ਹੈ, ਜਿਹੜੇ ਕੋਲ ਉੱਥੇ ਕੋਈ ਐਕਸਰੇ ਹੋਣਾ ਹੈ ਜਾਂ ਕੋਈ ਉਹਨਾਂ ਦਾ ਇਲਾਜ ਹੋਣਾ ਜਾਂ ਕਿਸੇ ਦੇ ਇੰਜੈਕਸ਼ਨ ਲੱਗਣਾ, 40-50% ਅਸੀਂ ਉਹਨਾਂ ਨੂੰ ਡਿਸਕਾਊਂਟ ਆਫਰ ਕੈਂਪ ਵਾਲੇ ਪੇ। ਅਸੀਂ ਹੁਣ ਲਾਉਣਾ ਚਾਹੁੰਦੇ ਹਾਂ ਵੀ ਇੱਕ ਤਾਂ ਕਦੇ ਵੀ ਇੰਨਾ ਲੇਟ ਨਾ ਦਿਖਾਓ ਕਿ ਇਲਾਜ ਜਿਹੜਾ ਪ੍ਰੋਪਰਲੀ ਨਾ ਹੋ ਸਕੇ। ਪ੍ਰੋਪਰ ਟਾਈਮ 'ਤੇ ਇਲਾਜ ਕਰਾਉਣਾ ਚਾਹੀਦਾ, ਲੇਟ ਨਹੀਂ ਕਰਨਾ ਚਾਹੀਦਾ। ਜੋ ਇਲਾਜ ਅਰਲੀ ਸਟੇਜ 'ਚ ਹੋ ਸਕਦਾ ਉਹ ਬਾਅਦ 'ਚ ਨਹੀਂ ਹੋ ਸਕਦਾ। ਅੱਜ ਵਾਲੇ ਕੈਂਪ ਦੇ ਵਿੱਚ ਸਪੈਸ਼ਲ ਸਾਡੇ ਡਾਕਟਰ ਆਏ ਮਨੀਸ਼ ਗੁਪਤਾ ਜੀ ਬਠਿੰਡਾ ਤੋਂ, ਜੋ ਕਿ ਹੱਡੀਆਂ ਅਤੇ ਜੋੜਾਂ ਦੇ ਮਾਹਰ ਹੈ। ਅੱਜ ਉਹ ਜਿਹਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਹੈ, ਕੋਈ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਹੈ, ਕਿਸਦੇ ਕੋਈ ਹੱਥ ਪੈਰ ਟੇਢੇ ਵਿੰਗੇ ਹੈ, ਉਹਨਾਂ ਦਾ ਇਲਾਜ ਕਰ ਰਹੇ ਹਾਂ ਚੈੱਕ ਕਰ। ਹੈਲਪਲਾਈਨ ਵੈਲਫੇਅਰ ਸੋਸਾਇਟੀ ਅੱਜ ਦਵਾਈਆਂ ਫ੍ਰੀ ਦੇ ਰਹੀ ਹੈ, ਅਤੇ ਅਸੀਂ ਡਾਕਟਰ ਸਾਹਿਬ ਨੂੰ ਵੀ ਕਿਹਾ ਵੀ ਜੋ ਵੀ ਕੋਈ ਪੇਸ਼ੈਂਟ ਹੈ ਅੱਜ ਕੈਂਪ ਦੇ ਵਿੱਚ ਆਊਗਾ, ਉਹਨਾਂ ਨੂੰ ਕੋਈ ਨਾ ਕੋਈ ਤੁਸੀਂ ਡਿਸਕਾਊਂਟ ਜ਼ਰੂਰ ਦਿਓ, ਅਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਕਿ ਅਸੀਂ ਡਿਸਕਾਊਂਟ ਦੇਵਾਂਗੇ ਜ਼ਰੂਰ। ਇਹ ਦੇਖੋ ਜੀ, ਸਾਡਾ ਦੂਸਰਾ ਕੈਂਪ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਮਾ ਮੰਡੀ ਦੇ ਵਿੱਚ ਅਲੱਗ ਅਲੱਗ ਰੋਗਾਂ ਦੇ ਉੱਤੇ ਅਸੀਂ ਕੈਂਪ ਲਵਾਉਂਦੇ ਰਹੀਏ, ਤਾਂ ਕਿ ਰਾਮਾ ਮੰਡੀ ਦੇ ਵਿੱਚ ਸਾਡੇ ਰਾਮਾ ਮੰਡੀ 'ਚ ਕੋਈ ਸਪੈਸ਼ਲ ਡਾਕਟਰ ਤਾਂ ਹੈ ਨਹੀਂ, ਇਸ ਕਰਕੇ ਸਾਨੂੰ ਵਾਰ ਵਾਰ ਕੈਂਪ ਲਵਾਉਣੇ ਪਏ ਕਰਨਗੇ ਤਾਂ ਕਿ ਲੋਕਾਂ ਨੂੰ ਇਸ ਦਾ ਬੈਨੀਫਿਟ ਮਿਲ ਸਕੇ। ਹੈਲਪਲਾਈਨ ਬੰਨੀ ਇੱਕ ਹੈਲਪਲਾਈਨ ਕਲਿੰਗ ਚਾਲੂ ਕੀਤੀ ਹੈ ਰਾਮਾ ਮੰਡੀ ਦੇ ਸਹਿਯੋਗ ਨਾਲ। ਉਸ ਵਿੱਚ ਅੱਜ ਡਾਕਟਰ ਮਨੀਸ਼ ਗੁਪਤਾ ਜੀ ਉੱਥੋਂ ਦੇ ਬਹੁਤ ਹੀ ਸਪੈਸ਼ਲਿਸਟ ਡਾਕਟਰ ਹੈ, ਉਹਨਾਂ ਨੇ ਅੱਜ ਆਪਦੀ ਸੇਵਾਵਾਂ ਦਿੱਤੀਆਂ, ਜਿਸ ਵਿੱਚ ਤਕਰੀਬਨ 100 ਪੇਸ਼ੈਂਟ ਚੈੱਕ ਕਰ ਰਹੇ ਅੱਜ, ਅਤੇ ਅੱਗੇ ਸਾਡੇ ਮੰਡੀ ਸਹਿਯੋਗ ਨਾਲ ਅਸੀਂ ਇਹ ਕੈਂਪ ਜਾਰੀ ਰੱਖਾਂਗੇ। ਰਾਮਾ ਮੰਡੀ ਤੋਂ ਪਰਮਜੀਤ ਲਹਿਰੀ ਦੀ ਰਿਪੋਰਟ, NC7 ਨਿਊਜ਼।